ਹਾਂਜੀ ਹਾਂਜੀ ਧੰਨਵਾਦ ਜੀ। ਰੰਧਾਵਾ ਸਾਹਿਬ, ਤੁਹਾਨੂੰ ਉਮੀਦਵਾਰ ਐਲਾਨਿਆ ਹੈ ਕਾਂਗਰਸ ਨੇ, ਅਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਅਤੇ ਕੀ ਚੈਲੰਜਸ ਤੁਸੀਂ ਦੇਖਦੇ ਹੋ ਗੁਰਦਾਸਪੁਰ ਦੇ ਵਿੱਚ? ਵੇਖੋ, ਪਹਿਲੀ ਤਾਂ ਮੈਂ ਆਪਣੀ ਹਾਈਕਮਾਂਡ ਨੂੰ ਔਰ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਸਾਹਿਬਾਂ, ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਜਿੰਨੇ ਮੇਰੇ ਲੀਡਰ ਨੇ ਅਤੇ ਵਰਕਰ ਨੇ, ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣੇ 'ਚ ਆਉਣ ਦਾ ਅਤੇ ਕਾਂਗਰਸ ਹਾਈਕਮਾਂਡ ਨੇ ਉਹਨਾਂ ਕੋਲ ਭੇਜਣ ਦਾ ਮੌਕਾ ਬਖਸ਼ਿਆ। ਦੂਸਰੀ ਚੀਜ਼ ਜਿਹੜੀ ਹੈ, ਹਾਈਕਮਾਂਡ ਦਾ ਇਸ ਕਰਕੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਪਹਿਲਾਂ ਮੈਨੂੰ ਰਾਜਸਥਾਨ ਦਾ ਇੰਚਾਰਜ ਬਣਾ ਕੇ ਦੋ ਇਲੈਕਸ਼ਨਾਂ ਦਾ ਇੰਚਾਰਜ ਰੱਖਿਆ, ਹੁਣ ਤੀਜੀ ਉਦੋਂ 26 ਤਰੀਕ ਨੂੰ ਅੱਜ ਆਉਂਦਿਆਂ ਮੈਨੂੰ ਉਹਨਾਂ ਨੇ ਇਲੈਕਸ਼ਨ ਲਈ ਭੇਜਦਾ। ਇਹ ਬੜੀ ਵੱਡੀ ਕਿਸੇ ਲੀਡਰ ਦੀ ਆਨਰ ਦੀ ਗੱਲ, ਬੜੀ ਵੱਡੀ ਹੁੰਦੀ ਹੈ ਕਿ ਉਹਦੀ ਜਿਹੜੀ ਹਾਈਕਮਾਂਡ ਆ ਉਹਦੇ 'ਤੇ ਫੇਟ ਕਰਦੀ ਹੈ, ਅਤੇ ਉਹਦੇ ਲਈ ਮੈਂ ਹਾਈਕਮਾਂਡ ਦਾ ਵੀ ਧੰਨਵਾਦ ਕਰਦਾ। ਸੋ ਜਿਹੜੀ ਤੁਸੀਂ, ਹਾਂਜੀ ਜੀ ਰੰਧਾਵਾ ਸਾਹਿਬ, ਕੀ ਚੈਲੰਜਸ ਤੁਹਾਡੇ ਸਾਹਮਣੇ ਗੁਰਦਾਸਪੁਰ ਵਿੱਚ ਨੇ? ਕਿਉਂਕਿ ਮੌਜੂਦਾ ਸਾਂਸਦ ਸਨੀ ਦਿਓਲ ਨੇ ਤੇ ਕਾਫੀ ਨਾਰਾਜ਼ਗੀ ਲੋਕਾਂ ਵਿੱਚ ਨਜ਼ਰ ਆਈ ਸੀ ਉਹਨਾਂ ਦੀ ਐਬਸੈਂਸ ਕਾਰਨ। ਨਹੀਂ ਵੇਖੋ, ਤੁਸੀਂ ਇਹ ਨਹੀਂ, ਤੁਸੀਂ ਪੁਰਾਣਾ ਵੀ ਜੇ ਆਪਾਂ ਕੱਢ ਲਈਏ, ਕਾਂਗਰਸ ਦੀ ਜਿਹੜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਟਿਕ ਪਾਰਟੀ ਆ, ਔਰ ਮਿਸਿਸ ਪੱਠਲ, ਪ੍ਰਬੋਧ ਚੰਦਰ ਅਹੁਦੇ ਤੋਂ ਪਹਿਲਾਂ ਇਹ ਕਾਂਗਰਸ ਹਮੇਸ਼ਾ ਇਹਦਾ ਡੋਮੀਨੈਂਸੀ ਰਹੀ ਆ, ਔਰ ਬੀਜੇਪੀ ਨੇ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਭੇਜ ਕੇ, ਫਿਲਮੀ ਸਿਤਾਰੇ ਭੇਜ ਕੇ, ਪਹਿਲਾਂ ਵਿਨੋਦ ਖੰਨਾ ਔਰ ਬਾਅਦ 'ਚ ਇਹਨੂੰ ਸਨੀ ਦਿਓਲ ਨੂੰ ਭੇਜ ਕੇ ਜਿਹੜਾ ਲੋਕਾਂ ਨਾਲ ਮਜ਼ਾਕ ਕੀਤਾ, ਲੋਕ ਇਹਦਾ ਜਵਾਬ ਦੇਣਗੇ। ਉਹਦੇ 'ਚ ਅਸੀਂ ਵੀ ਇੱਕ ਵਾਰ ਆਪਣਾ ਕੈਂਡੀਡੇਟ ਲੈ ਕੇ ਗਏ, ਸੁਨੀਲ ਜਾਖੜ ਜੀ ਨੂੰ ਲੈ ਕੇ ਗਏ ਸੀ, ਉਹ ਵੀ 3 ਸਾਲ MP ਰਹੇ, ਉਹਨਾਂ ਨੇ ਨਹੀਂ ਕਦੀ ਦੇਖਿਆ ਸੀ ਗੁਰਦਾਸਪੁਰ ਡਿਸਟ੍ਰਿਕਟ ਨੂੰ, ਅਸੀਂ ਚਲਾਉਂਦੇ ਰਹੇ ਉਸ ਟਾਈਮ ਵੀ, ਅਤੇ ਬਾਅਦ 'ਚ ਜਦੋਂ ਗਏ ਨੇ ਅਤੇ ਉਹਨਾਂ ਨੇ ਲੋਕਾਂ ਨੇ ਵਾਕਈ, ਲੋਕ ਜਿਹੜੇ ਲੋਕਲ ਬੰਦੇ ਨੂੰ ਪਸੰਦ ਕਰਦੇ ਨੇ। ਤੁਸੀਂ ਜੇ BJP ਦੀ ਗੱਲ ਕਰੀਏ, ਜਿਹੜਾ ਉਹਨਾਂ ਦਾ ਕੈਂਡੀਡੇਟ ਆ ਬੱਬੂ, ਦਿਨੇਸ਼ ਬੱਬੂ, ਉਹ ਕਦੀ ਭਾਈ ਸਾਹਿਬ 3 ਵਾਰੀ MLA ਰਹੇ ਨੇ, 2 ਵਾਰੀ ਤਾਂ ਮੇਰੇ ਨਾਲ ਹੀ ਰਹੇ ਨੇ MLA, 2002 'ਚ ਅਤੇ 2012 'ਚ, ਅਤੇ ਮੈਨੂੰ 2007 ਦਾ ਤੇ ਨਹੀਂ ਪਤਾ, ਪਰ ਉਹਨਾਂ ਨੇ ਅੱਜ ਤੱਕ ਅਸੈਂਬਲੀ 'ਚ ਇੱਕ ਵਾਰਾਂ ਵੀ ਸੁਜਾਨਪੁਰ ਦੀ ਗੱਲ ਨਹੀਂ ਕੀਤੀ। ਗੁਰਦਾਸਪੁਰ ਦੀ ਤਾਂ ਗੱਲ ਹੀ ਛੱਡ ਦਿਉ, ਅਤੇ ਪਾਰਲੀਮੈਂਟ 'ਚ ਜਾ ਕੇ ਕੀ ਬੋਲਣਗੇ, ਜਿਹੜਾ ਡੈਪਟੀ ਸਪੀਕਰ ਰਹਿੰਦੇ ਹੋਏ, ਤੁਸੀਂ ਉਹ ਵੀ ਰਿਕਾਰਡ ਕਢਾ ਕੇ ਦੇਖਿਓ ਕਿ ਡੈਪਟੀ ਸਪੀਕਰ ਰਹਿੰਦੇ ਹੋਏ, ਇੱਕ ਵਾਰ ਹੀ ਡੈਪਟੀ ਸਪੀਕਰ ਦੀ ਚੇਅਰ ਉੱਤੇ, ਸਪੀਕਰ ਦੀ ਚੇਅਰ 'ਚ ਜਾ ਕੇ ਬੈਠੇ, ਹੌਰਸ ਨੂੰ ਨਹੀਂ ਚਲਾਇਆ। ਤੇ ਰੰਧਾਵਾ ਸਾਹਿਬ, ਇਸ ਵਾਰ ਗੁਰਦਾਸਪੁਰ ਦੀ ਜਨਤਾ ਵਿੱਚ ਕਿਹੜੇ ਮੁੱਦੇ ਲੈ ਕੇ ਕਾਂਗਰਸ ਉਤਰੇਗੀ? ਦੇਖੋ, ਗੁਰਦਾਸਪੁਰ ਦੇ ਵਿੱਚ ਜਿਹੜੇ ਮੁੱਦੇ ਲੈ ਕੇ ਜਾਵਾਂਗੇ, ਪਹਿਲੀ ਗੱਲ ਤੇ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਕਿਸਾਨਾਂ ਦੇ ਬਾਰੇ ਜੋ BJP ਨੇ ਵਾਅਦੇ ਕੀਤੇ, ਸਹੀ ਚਲੋ ਜੋ ਉਹਨਾਂ ਨੇ ਵਾਅਦੇ ਕੀਤੇ, ਤੇ ਉਹਦੇ 'ਤੇ ਕਿਸਾਨੀ ਜਿਹੜੀ, ਕਿੰਨੇ ਮਹੀਨੇ ਕਿਸਾਨੀ ਦਿੱਲੀ ਦੇ ਬਾਹਰ ਬਾਰਡਰ 'ਤੇ ਬੈਠੀ ਰਹੀ, ਜੋ ਹਾਲਾਤ ਹੋਏ ਉਹਦੇ 'ਚ ਉਹਨਾਂ ਨਾਲ, ਫਿਰ ਬਾਅਦ 'ਚ ਪ੍ਰਾਈਮ ਮਿਨਿਸਟਰ ਨੇ ਪਬਲਿਕਲੀ ਕਿਸਾਨਾਂ ਕੋਲ ਮਾਫ਼ੀ ਮੰਗੀ ਜਿਸ ਵੇਲੇ, ਅਤੇ ਉਹਦੇ ਬਾਅਦ ਉਹਨਾਂ ਆਖਿਆ ਕਿ ਮੈਂ ਜਿਹੜੇ 3 ਕਾਨੂੰਨ ਇਹ ਵਾਪਸ ਲੈਂਦਾ ਔਰ ਤੁਹਾਨੂੰ ਜਿਹੜੀ MSP ਦੀ ਹੈ ਲੀਗਲ ਗਰੰਟੀ ਦੇਵਾਂਗਾ। ਹੁਣ ਜਦੋਂ ਗਏ ਨੇ ਕਿਸਾਨ, ਕੋਈ ਦੇਸ਼ ਵਿਰੋਧੀ ਨਹੀਂ ਗਏ, ਉਹਨਾਂ ਨੂੰ RSS ਜਾਂ ਹੋਰ BJP ਦੇ ਨੇਤਾ ਇਹ ਕਹਿਣਗੇ ਇਹ ਅਲੱਗਵਾਦੀ, ਵੱਖਵਾਦੀ, ਅੱਤਵਾਦੀ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਲੈ ਕੇ ਜਾਵਾਂਗੇ। ਦੂਸਰਾ ਨਾਲ ਇਹ ਵੀ ਕਹਾਂਗੇ ਕਿ ਜੋ ਪੰਜਾਬ ਦੇ ਨਾਲ ਅੱਜ ਤੱਕ ਵਾਅਦੇ ਕੀਤੇ ਉਹ BJP ਇੱਕ ਉਹਦੇ ਬਾਰੇ ਦੱਸਦੇ ਕਿ ਆਹ ਅਸੀਂ ਕੀਤੇ ਨੇ। ਸਭ ਤੋਂ ਜ਼ਿਆਦਾ ਅਸੀਂ ਬਾਰਡਰ 'ਤੇ ਬੈਠੇ ਹਾਂ, 50 ਕਿਲੋਮੀਟਰ ਤੱਕ BSF ਬੈਠੀ ਆ, 50 ਕਿਲੋਮੀਟਰ ਤੱਕ BSF ਨੂੰ ਲੀਗਲੀ ਅਧਿਕਾਰ ਦੇ ਦਿੱਤੇ ਗਏ ਨੇ, ਅਤੇ ਕੁਛ ਵੀ ਕਰ ਸਕਦੇ। ਅਤੇ ਫਿਰ ਹਰ ਰੋਜ਼ ਪਾਕਿਸਤਾਨ ਤੋਂ ਇਲੀਗਲ ਵੈਪਨ ਕਿਉਂ ਆ ਰਹੇ ਨੇ, ਡਰੋਨ ਕਿਉਂ ਆ ਰਹੇ ਨੇ, ਨਸ਼ਾ ਕਿਉਂ ਆ ਰਿਹਾ, ਕਿਉਂ ਨਹੀਂ ਕੇਂਦਰ ਸਰਕਾਰ ਬੋਲ ਰਹੀ, ਕਿਉਂ ਇਹਨਾਂ ਨੇ ਅਗਨੀਵੀਰ ਸ਼ੁਰੂ ਕੀਤੀ,
ਪੂਰਾ ਦਾ ਪੂਰਾ ਪੂਰਾ ਦਾ ਪੂਰਾ 250 ਕਿਲੋਮੀਟਰ ਦਾ ਜੇ ਬਾਰਡਰ ਲੈ ਲਈਏ ਤੇ ਉਹਦੇ ਉੱਤੇ ਪੰਜਾਬ ਦੇ ਜਿਹੜੇ ਜਵਾਨ ਨੇ ਪੰਜਾਬ ਹਿੰਦੁਸਤਾਨ ਦੀ ਫੌਜਾਂ ਖੜੀਆਂ ਹੋ ਕੇ ਦੇਸ਼ ਦੀ ਰੱਖਿਆ ਕਰ ਰਹੀਆਂ ਨੇ। ਤੇ ਉੱਥੇ ਚੁੱਕੇ 4 ਸਾਲ ਦੀ ਅਗਨੀਵੀਰ ਪੈਦਾ ਕਰੋ ਜੀ, ਬਾਅਦ ਚ ਉੱਥੇ ਭੇਜ ਦਿਓ, ਉਹਦੇ ਕਿਉਂ ਨਹੀਂ ਬੋਲਦੇ? ਕਿਉਂ ਨਹੀਂ ਬੋਲਦੇ? ਪੰਜਾਬ ਦੀ ਇਕਾਨਮੀ ਥੱਲੇ ਕਿਉਂ ਜਾ ਰਹੀ ਹੈ? ਕਿਉਂ ਨਹੀਂ ਬੋਲ ਰਹੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕੀ ਹਾਲਾਤ ਨੇ? ਇਹ ਅਸੀਂ ਦੋਨਾਂ ਪਾਰਟੀਆਂ ਕੋਲ ਪੁੱਛਾਂਗੇ, ਬੀਜੇਪੀ ਕੋਲ ਵੀ ਔਰ ਜਿਹੜੀ ਆਮ ਆਦਮੀ ਪਾਰਟੀ ਜੁਮਲੇਬਾਜ਼ਾਂ ਦੀ ਪਾਰਟੀ ਹੈ, ਇਹਦੇ ਸਵਾਲ ਲੋਕਾਂ ਕੋਲ ਮੰਗੇ ਜਾਣਗੇ। ਰੰਧਾਵਾ ਸਾਹਿਬ, ਤੁਸੀਂ ਡਿਪਟੀ ਸੀਐਮ ਵੀ ਰਹੇ ਹੋ, ਇਹ ਪੰਜਾਬ ਦੀ ਨਬਜ਼ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਅਤੇ ਤੁਹਾਨੂੰ ਗੁਰਦਾਸਪੁਰ ਵਿੱਚ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਬਾਰਡਰ ਡਿਸਟ੍ਰਿਕਟ ਹੈ, ਤਾਂ ਤੁਸੀਂ ਕਿਹੜੇ ਮੁੱਦੇ ਸੰਸਦ ਵਿੱਚ ਲਿਜਾਓਗੇ ਗੁਰਦਾਸਪੁਰ ਦੇ? ਦੇਖੋ, ਸਭ ਤੋਂ ਵੱਡੀ ਗੁਰਦਾਸਪੁਰ ਦੀ ਹੈ ਅਨਇੰਪਲੋਇਮੈਂਟ ਦੀ ਜੀ। ਮੈਂ ਕੱਲੀ ਗੁਰਦਾਸਪੁਰ ਦੀ ਨਹੀਂ, ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਜੀ, ਕਿਉਂਕਿ ਮੇਰਾ ਪੂਰਾ ਦਾ ਪੂਰਾ ਡਿਸਟ੍ਰਿਕਟ ਗੁਰਦਾਸਪੁਰ 100 ਕਿਲੋਮੀਟਰ ਤੋਂ ਉੱਪਰ ਬਣ ਜਾਂਦਾ, ਪੂਰਾ ਪੂਰਾ ਬਾਰਡਰ ਦੇ ਨਾਲ ਲੱਗਦਾ, ਜਿਹੜਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਅਪ ਟੂ ਜੰਮੂ, ਜਿਹੜਾ ਡੇਰ ਬਾਬਾ ਨਾਨਕ ਤੋਂ ਲੈ ਕੇ ਧਰਮਕੋਟ ਰੰਧਾਵਾ ਤੋਂ ਲੈ ਕੇ ਅਪ ਟੂ ਜੰਮੂ, ਪੂਰਾ ਦਾ ਪੂਰਾ ਵਿੱਚੋਂ ਦੀ ਭੋਏ ਵਾਲੀ ਸਾਈਡ ਤੋਂ ਜਾ ਕੇ 150 ਕਿਲੋਮੀਟਰ ਦੇ ਜਾਂ 110 ਕਿਲੋਮੀਟਰ ਦੇ ਲਗਭਗ ਬਣ ਜਾਂਦਾ ਬਾਰਡਰ। ਇਹ ਅਸੀਂ ਡੈਡ ਐਂਡ ਤੇ ਬੈਠੇ ਹਿੰਦੁਸਤਾਨ ਦੇ, ਅਸੀਂ ਪੰਜਾਬ ਦੇ ਵਿੱਚ ਪੰਜਾਬੀ ਬੈਠ ਕੇ 65-71 ਦੀਆਂ ਲੜਾਈਆਂ ਦੀ ਮਾਰ ਝੱਲੀ ਆ। ਉਹਦੇ 'ਚ ਅਸੀਂ ਇਹ ਕਹਾਂਗੇ ਕਿ ਜਿਹੜੇ ਉਸ ਵੇਲੇ ਕਾਂਗਰਸ ਦੇ ਟਾਈਮ 'ਚ 1971 ਵਾਲੇ ਕੰਸੈਸ਼ਨ ਜਿੱਥੇ ਜਾਂਦੇ ਸੀ ਸਟੇਟ ਨੂੰ, ਉਹ ਬਾਰਡਰ ਡਿਸਟ੍ਰਿਕਟ ਨੂੰ, ਉਹ ਵਾਪਸ ਕੀਤੇ ਜਾਣ। ਉਹਦੇ ਨਾਲ ਇਹ ਕਰਾਂਗੇ ਕਿ ਜੇ ਜਿਹੜੇ ਹਿੱਲੀ ਸਟੇਟ ਆ, ਪੂਰੇ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੇ ਜਿੰਨੇ ਡਿਸਟ੍ਰਿਕਟ ਨੇ ਉਹਨਾਂ ਨੂੰ ਹਿੱਲ ਸਟੇਟਸ ਵਾਲੇ ਜਿਹੜੇ ਦਿੱਤੇ ਨੇ ਇੰਡਸਟਰੀ ਦੇ ਵਿੱਚ, ਉਹ ਕੰਸੈਸ਼ਨ ਪੰਜਾਬ ਦੇ ਵਿੱਚ ਦਿੱਤੇ ਜਾਣ, ਤਾਂ ਬਾਰਡਰ ਜਿਹੜਾ ਅਸੀਂ ਮਜ਼ਬੂਤ ਕਰੀਏ। ਤੇ ਰੰਧਾਵਾ ਸਾਹਿਬ, ਤੁਸੀਂ ਜਿਵੇਂ ਹੁਣ ਪੂਰੇ ਪੰਜਾਬ ਦੀ ਗੱਲ ਕਰ ਰਹੇ ਹੋ, ਅੱਜ 4 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਲੁਧਿਆਣਾ ਦੀ ਸੀਟ ਰਾਜਾ ਵੜਿੰਗ ਦਾ ਨਾਂ ਐਲਾਨਣ ਤੋਂ ਬਾਅਦ ਹੌਟ ਸੀਟ ਵੀ ਬਣ ਗਈ ਹੈ ਅਤੇ ਇੱਥੇ ਚਰਚਾਵਾਂ ਚੱਲ ਰਹੀ ਸੀ ਭਾਰਤ ਭੂਸ਼ਣ ਆਸ਼ੂ ਦੀ, ਆਖਰ ਕਿਉਂ ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ? ਵਿਰੋਧੀ ਇੱਥੇ ਕਹਿ ਰਹੇ ਨੇ ਕਿ ਅੰਦਰੂਨੀ ਕਲੇਸ਼ ਇੱਕ ਵੱਡੀ ਵਜ੍ਹਾ ਹੋ ਸਕਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਮੇਰਾ ਕੋਈ ਇਲੈਕਸ਼ਨ ਲੜਨ ਦਾ ਇੰਟਰਸਟ ਨਹੀਂ ਸੀਗਾ, ਕਿਉਂਕਿ ਮੈਂ 1.5 ਸਾਲ ਤੋਂ ਉੱਥੇ ਇਲੈਕਸ਼ਨ ਬੋਰਡ 'ਚ ਹੀ ਰਿਹਾ ਰਾਜਸਥਾਨ 'ਚ ਜੀ, ਤੇ ਮੈਂ 26 ਤਰੀਕ ਨੂੰ ਆਇਆ ਵਾਪਸ ਤੇ ਮੈਨੂੰ ਕੱਲ੍ਹ ਕਾਲ ਆ ਗਈ ਕਿ ਤੂੰ ਇਲੈਕਸ਼ਨ ਲੜੇਗਾ। ਤੇ ਇਸੇ ਤਰ੍ਹਾਂ PCC ਪ੍ਰੈਜੀਡੈਂਟ ਨੂੰ ਕੀ ਗੱਲ, ਜਿਹੜੇ ਅਸੀਂ ਸੀਨੀਅਰ ਲੀਡਰ ਹਾਂ ਤੇ ਉਹਨਾਂ ਨੂੰ ਹਾਈਕਮਾਂਡ ਕਹੇਗੀ ਤੇ ਉਹਨੂੰ ਆਪਾਂ, ਇਹ ਇੰਟਰਨਲੀ ਕੋਈ ਗੱਲ ਨਹੀਂ, ਇਹ ਹਾਈਕਮਾਂਡ ਦਾ ਹੁਕਮ ਹੋਇਆ ਜਿਹੜਾ ਅਸੀਂ ਖਿੜੇ ਮੱਥੇ ਸਵੀਕਾਰ ਕੀਤਾ। ਤੇ ਰੰਧਾਵਾ ਸਾਹਿਬ, 12 ਉਮੀਦਵਾਰਾਂ ਦਾ ਐਲਾਨ ਕਾਂਗਰਸ ਹੁਣ ਕਰ ਚੁੱਕੀ ਹੈ, ਸਿਰਫ 1 ਸੀਟ ਦੇ ਲਈ ਐਲਾਨ ਰਹਿ ਗਿਆ ਫਿਰੋਜ਼ਪੁਰ ਦੇ ਲਈ, ਆਖਰ ਇਸ ਵਾਰੀ ਇੰਨੀ ਦੇਰੀ ਕਿਉਂ ਹੋ ਰਹੀ ਹੈ ਉਮੀਦਵਾਰਾਂ ਦਾ ਐਲਾਨ ਕਰਨ ਦੇ ਲਈ? ਜੇ ਤੱਕ ਤੇ ਮੇਰੇ ਖਿਆਲ BJP ਵੀ ਨਹੀਂ ਕਈ ਸੀਟਾਂ ਕਰ ਸਕੀ ਅਨਾਊਂਸ। BJP ਤਾਂ ਇਸ ਵਾਰੀ ਇਕੱਲੀ ਪਹਿਲੀ ਵਾਰੀ ਲੜ ਰਹੀ ਹੈ, ਤਾਂ ਉਹਨਾਂ ਦਾ ਜ਼ਿਕਰ ਬਾਅਦ ਵਿੱਚ ਜੇਕਰ ਕਰੀਏ। ਕਾਂਗਰਸ ਦੇ ਜੇ ਕਈ 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 ਵਾਰੀ ਕੈਂਡੀਡੇਟ ਤੇ ਮੁਕਾਬਲੇ ਕੈਂਡੀਡੇਟ ਵੀ ਦੇਖਿਆ ਜਾਂਦਾ ਕਿ ਕਿਵੇਂ ਕਿਸ ਤਰ੍ਹਾਂ ਕਰਨਾ, ਉਹ ਵੀ ਦੇਖਿਆ ਜਾਂਦਾ ਜੀ, ਇੱਕ ਅੱਧੇ ਦਿਨ ਚ ਹੋ ਜਾਏਗਾ ਜੀ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਲਈ। ਤਾਂ ਸੁਖਜਿੰਦਰ ਰੰਧਾਵਾ ਡਿਪਟੀ CM ਵੀ ਰਹੇ ਨੇ ਅਤੇ ਇਸ ਵਾਰ ਗੁਰਦਾਸਪੁਰ ਤੋਂ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਅਤੇ ਸੁਖਜਿੰਦਰ ਰੰਧਾਵਾ ਖਾਸ ਤੌਰ 'ਤੇ ਪੰਜਾਬ ਵਿੱਚ ਬਾਰਡਰ ਜ਼ਿਲ੍ਹਾ ਜਿਵੇਂ ਗੁਰਦਾਸਪੁਰ, ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਦੇ ਇੱਥੇ ਡਿਸਕਸ ਕਰਦੇ ਹੋਏ ਨਜ਼ਰ ਆਏ।